ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਮਹਿਕ ਵਾਂਸ ਅਗੇਨ ਬੈਕ ਵਿਦ ਅ ਨਿਊ ਵੀਡੀਓ ਅੱਜ ਦੀ ਵੀਡੀਓ ਇੱਕ ਹੋਰ ਨਵਾਂ ਟੌਪਿਕ ਕਿ ਮੰਥਲੀ ਐਕਸਪੈਂਸ ਕਿੰਨੇ ਆ ਕੈਨੇਡਾ ਦੇ ਵਿੱਚ 2020 ਦੇ ਵਿੱਚ 2020 ਦੇ ਵਿੱਚ ਘਰ ਦਾ ਖਰਚਾ ਕੈਨੇਡਾ ਦੇ ਵਿੱਚ ਕਿੰਨਾ ਆ ਬ੍ਰੈਂਟਨ ਦੇ ਵਿੱਚ ਕਿੰਨਾ ਆ ਅਤੇ ਮੋਨਟਰੀਅਲ ਦੇ ਵਿੱਚ ਕਿੰਨਾ ਆ ਇਹ ਵੀਡੀਓ ਅਲੱਗ ਆਏਗੀ ਇਸ ਟਾਈਮ ਸਿਰਫ ਹੈਗਾ ਜੀ ਬ੍ਰੈਂਟਨ 'ਚ ਕਿੰਨਾ ਅਤੇ ਕੀ ਖਰਚਾ ਕਿੱਥੇ ਕਿੱਥੇ ਖਰਚਾ ਕਿਹੜੀ ਚੀਜ਼ 'ਤੇ ਸਾਰਾ ਲੋਕ ਪੈਸੇ ਖਰਚ ਕਰਦੇ ਆ ਸੋ ਜੇ ਵੀਡੀਓ ਵਧੀਆ ਲੱਗੇਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਆਪਣੇ ਫਰੈਂਡਸ ਦਾ ਸ਼ੇਅਰ ਕਰ ਦੇਣਾ ਅਗਰ ਕਿਸੇ ਨੂੰ ਵੀ ਕੈਨੇਡਾ ਰਿਲੇਟਡ ਕੋਈ ਵੀ ਹੈਲਪ ਚਾਹੀਦੀ ਆ ਮੈਂ ਇੰਸਟਾਗ੍ਰਾਮ ਹੈਂਡਲ ਦੇ ਰਿਹਾ ਮੈਨੂੰ ਫੋਲੋ ਕਰੋ ਸੋ ਤੁਹਾਨੂੰ ਸਾਰਿਆਂ ਦਾ ਰਿਪਲਾਈ ਕਰਾਂਗਾ ਗਾਈਸ ਕਰੋ ਵੀਡੀਓ ਨੂੰ ਇੰਜੋਏ ਸਭ ਤੋਂ ਜ਼ਿਆਦਾ ਲਾਈਕ ਜਿੱਥੇ ਪੈਸੇ ਖਰਚ ਹੁੰਦੇ ਆ ਉਹ ਆਉਂਦਾ ਜੀ ਹਾਊਸ ਰੈਂਟ ਹਾਊਸ ਰੈਂਟ ਇੱਥੇ ਦੋ ਤਰ੍ਹਾਂ ਦਾ ਆ ਲਾਈਕ ਇੱਕ ਤਾਂ ਤੁਸੀਂ ਜਿਵੇਂ ਸਪੋਜ਼ ਕਰੋ ਜੇ 4 ਫਰੈਂਡਸ ਹੋ ਜਾਂ 5 ਫਰੈਂਡਸ ਹੋ ਜਾਂ 3 ਫਰੈਂਡਸ ਹੋ ਉਹ ਲੈ ਲੈਂਦੇ ਆ ਬੇਸਮੈਂਟ ਠੀਕ ਹੈ ਬੇਸਮੈਂਟ ਦਾ ਖਰਚਾ ਲਾਈਕ ਜੇ ਤੁਸੀਂ ਪੂਰੀ ਬੇਸਮੈਂਟ ਲੈਂਦੇ ਹੋ ਡਿਪੈਂਡ ਕਰਦਾ ਹਰ ਘਰ ਦਾ ਅਲੱਗ ਅਲੱਗ ਖਰਚਾ ਹੈ 1800 1700 1500 2000 1500 ਤੋਂ ਉੱਤੇ ਉੱਤੇ ਹੀ ਹੁੰਦਾ 2000 ਜਿਵੇਂ ਹੁਣ ਜਿੱਥੇ ਜਿਹੜੇ ਘਰ 'ਚ ਅਸੀਂ ਰਹਿ ਰਹੇ ਹਾਂ ਉਸ ਘਰ ਦੀ ਬੇਸਮੈਂਟ ਕਿਸੇ ਹੋਰ ਕੋਲ ਆ ਬਟ ਹਾਂਜੀ ਉਹਦਾ ਖਰਚਾ ਆ ਜੀ $2000 ਇੱਕ ਮੰਥ ਦਾ ਠੀਕ ਹੈ ਜੀ ਅਤੇ ਜੇ ਆਪਾਂ ਗੱਲ ਕਰੀਏ ਕਿ ਉਹਦੀ ਲੀਜ਼ ਹੁੰਦੀ ਆ ਕਿ ਤੁਹਾਨੂੰ ਲੀਜ਼ ਦੇਣੀ ਪੈਂਦੀ ਆ ਦੋ ਤਰ੍ਹਾਂ ਦੇ ਹਾਊਸ ਆ ਕੋਈ ਮਤਲਬ ਜਿੰਨੇ ਬੰਦੇ ਰਹੋਗੇ ਤੁਹਾਡਾ ਉਹਦੇ 'ਤੇ ਨਾਮ ਲਿਖਿਆ ਜਾਏਗਾ ਤੁਹਾਡਾ ਸਾਰਾ ਕੁਛ ਉਹਦੇ 'ਤੇ ਨੋਟ ਹੋ ਜਾਏਗਾ ਓਨਰ ਦੇ ਕੋਲ ਸਭ ਕੁਛ ਕਾਗਜ਼ ਪਏ ਹੋਣਗੇ ਤੁਸੀਂ ਉੱਨੀ ਦੇਰ ਤੁਹਾਨੂੰ ਛੱਡਣ ਤੋਂ ਇੱਕ ਮੰਥ ਪਹਿਲਾਂ ਦੱਸਣਾ ਪਏਗਾ ਕਿ ਹਾਂਜੀ ਆਪਾਂ ਇਹ ਘਰ ਛੱਡ ਰਹੇ ਹਾਂ ਸੋ ਇੱਥੇ ਹਰ ਚੀਜ਼ ਰੂਲ ਦੇ ਨਾਲ ਚੱਲਦੀ ਆ ਅਤੇ ਉਹਦਾ ਖਰਚਾ ਹੋ ਗਿਆ ਤਾਂ ਮੈਂ ਖਰਚਾ ਦੱਸਿਆ ਕਿ ਇੰਨਾ ਅਗਰ ਤੁਸੀਂ ਬੇਸਮੈਂਟ 'ਚ ਲੈ ਰਹੇ ਹੋ ਅਤੇ ਦੂਸਰੇ ਨੰਬਰ 'ਤੇ ਆਉਂਦਾ ਹੈ ਜੀ ਜਿਵੇਂ ਅਸੀਂ ਹਾਂ ਜਿੱਥੇ ਮੈਂ ਵਿਸ਼ਾਲ ਮੇਰੇ ਨਾਲ ਗੁਰਚੇਤਨ ਹੋਰ ਵੀ ਜਿੰਨੇ ਘਰ 'ਚ ਫਰੈਂਡਸ ਨੇ ਸਾਰੇ ਅਸੀਂ ਕੀ ਕਰਦੇ ਹਾਂ ਕਿ ਅਸੀਂ ਲੈ ਰਹੇ ਹਾਂ ਇੱਕ ਘਰ ਲੈ ਕੇ ਪੂਰਾ ਵੀ ਆਹ ਜਿਹੜਾ ਘਰ ਆ ਅਸੀਂ ਪੂਰਾ ਘਰ ਲਿੱਤਾ ਬੇਸਮੈਂਟ ਛੱਡ ਕੇ ਬੇਸਮੈਂਟ ਜਿਹੜੀ ਹੈ ਜੀ ਬੇਸਮੈਂਟ ਥੱਲੇ ਕਿਸੇ ਹੋਰ ਕੋਲ ਆ ਸਾਡੇ ਕੋਲ ਇੱਕ ਘਰ ਪੂਰਾ ਆ ਉੱਪਰ ਲਾਈਕ ਉਹਦੇ ਵਿੱਚ ਹੈਗੇ ਆ 4 ਰੂਮਸ 3 ਟੋਇਲਟ ਐਂਡ ਬਾਥਰੂਮਸ ਐਂਡ ਉਹਦੇ ਵਿੱਚ ਹੋਰ ਕੀ ਹੈਗਾ ਕਿਚਨ ਏਰੀਆ ਐਂਡ ਹਾਂਜੀ ਲੌਂਡਰੀ ਏਰੀਆ ਬੇ ਆਪਣੀ ਕੀ ਉਹਨੂੰ ਕਹਿੰਦੇ ਆ ਗਰਾਜ ਹਾਂਜੀ ਇਹ ਸਾਰਾ ਕੁਛ ਆਉਂਦਾ ਹੈ ਜੀ ਉਹਦੇ ਵਿੱਚ ਠੀਕ ਹੈ ਸੋ ਉਹਦਾ ਮੈਂ ਰੈਂਟ ਦੱਸਦਾ ਉਹਦਾ ਰੈਂਟ ਆਉਂਦਾ ਲਾਈਕ ਜਿੱਥੇ ਅਸੀਂ ਰਹਿ ਰਹੇ ਹਾਂ ਇਹਦਾ ਰੈਂਟ ਹੈਗਾ 3000 ਪਰ ਮੰਥ ਹੁਣ ਉਹ ਡਿਵਾਈਡ ਹੁੰਦਾ ਕਿੰਨਿਆਂ 'ਚ ਡਿਵਾਈਡ ਕਰਦੇ ਹਾਂ ਉਹ ਸਾਡੀ ਸਿਰ ਦਰਦੀ ਹੈ ਠੀਕ ਹੈ ਜੀ ਉਹ ਉਹਨਾਂ ਦੀ ਸਿਰ ਦਰਦੀ ਨਹੀਂ ਆ ਉਹ ਸਾਡੀ ਸਿਰ ਦਰਦੀ ਹੈ ਕਿ ਅਸੀਂ ਕਿੰਨਿਆਂ 'ਚ ਡਿਵਾਈਡ ਕਰਦੇ ਹਾਂ ਅਸੀਂ 5 ਜਣੇ ਵੀ 3000 ਨੂੰ ਡਿਵਾਈਡ ਕਰ ਸਕਦੇ ਹਾਂ ਅਸੀਂ 9 ਜਣੇ ਵੀ ਡਿਵਾਈਡ ਕਰ ਸਕਦੇ ਹਾਂ ਬਟ ਉਹ ਸਾਡੇ 'ਤੇ ਆ ਬਟ ਹਾਂ ਇੱਥੇ ਇੱਕ ਰੂਲ ਆ ਕਿ 5 ਜਣਿਆਂ ਤੋਂ ਵੱਧ ਘਰ ਦੇ ਵਿੱਚ ਲੋਕ ਨਹੀਂ ਰਹਿ ਸਕਦੇ ਪਰ ਅਗਰ ਤੁਸੀਂ ਓਨਰ ਨੂੰ ਦੱਸ ਰਹੇ ਹੋ ਇਲੀਗਲ ਨਾ ਰਹੋ ਮੈਂ ਨਹੀਂ ਕਹਿੰਦਾ ਇਲੀਗਲ ਰਹੋ ਓਨਰ ਨੂੰ ਦੱਸੋ ਓਨਰ ਨੂੰ ਦੱਸ ਕੇ ਤੁਸੀਂ ਰਹਿ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਆ ਓਨਰ ਆਪੇ ਹੀ ਐਡਜਸਟਮੈਂਟ ਕਰ ਲੈਂਦੇ ਆ ਠੀਕ ਹੈ ਜੀ ਉਹਨਾਂ ਕੋਲ ਲੀਜ਼ ਹੁੰਦੀ ਉਹ ਤੁਹਾਡਾ ਸਾਰਾ ਦਾ ਨਾਮ ਲਿਖ ਲੈਣਗੇ ਉਹਨਾਂ ਨੂੰ ਕੋਈ ਇਹਦੀ ਚਿੰਤਾ ਵਾਲੀ ਗੱਲ ਨਹੀਂ ਇਹ ਹੋ ਗਿਆ ਜੀ ਐਕਸਪੈਂਸ ਹਾਊਸ ਰੈਂਟ ਸੋ ਪਲੱਸ ਕਰੀ ਚਲੋ ਇਹ ਆ ਗਿਆ ਲਾਈਕ ਅਗਰ 9 ਜਣੇ ਵੀ ਰਹਿੰਦੇ ਆ ਤਾਂ 350 ਨੀਅਰ ਅਬਾਊਟ ਬਣਦਾ ਆ ਅਗਰ ਤਾਂ ਬੇਸਮੈਂਟ 'ਚ ਲੈਂਦੇ ਹੋ ਤਾਂ ਫਿਰ ਤੁਹਾਡੇ 'ਤੇ ਡਿਪੈਂਡ ਤੁਸੀਂ ਕਿੰਨੇ ਜਣੇ ਰਹਿੰਦੇ ਹੋ ਤਾਂ ਮੈਂ ਰੈਂਟ ਦੱਸ ਰਿਹਾ ਕਿ ਇਹ ਆ ਇੰਨਾ ਰੈਂਟ ਚੱਲ ਰਿਹਾ ਬ੍ਰੈਂਪਟਨ ਦੇ ਵਿੱਚ ਠੀਕ ਹੈ ਇਹ ਬ੍ਰੈਂਪਟਨ ਦਾ ਪ੍ਰਾਈਸ ਦੱਸ ਰਿਹਾ ਸੋ ਉਸ ਤੋਂ ਬਾਅਦ ਆ ਜਾਓ ਜੀ ਸੈਕਿੰਡ ਚੀਜ਼ ਜਿਹੜਾ ਇੱਥੇ ਬ੍ਰੈਂਪਟਨ ਦੇ ਵਿੱਚ ਐਕਸਪੈਂਸ ਮੈਨੂੰ ਲੱਗਦਾ ਬ੍ਰੈਂਪਟਨ ਦੇ ਵਿੱਚ ਹੀ ਇਕੱਲਾ ਹੈਗਾ ਆ ਬਾਕੀ ਇੰਨਾ ਨਹੀਂ ਹੈਗਾ ਬਿਕੋਜ਼ ਮੈਂ ਮੋਨਟਰੀਅਲ ਵੀ ਰਹਿੰਦਾ ਨਹੀਂ ਆ ਮੋਨਟਰੀਅਲ ਜਾਣਾ ਆ ਮੈਨੂੰ ਇੰਨਾ ਲੱਗਾ ਨਹੀਂ ਕਿ ਉੱਥੇ ਲੋਕ ਇਹ ਚੀਜ਼ 'ਤੇ ਖਰਚ ਕਰਦੇ ਆ ਉਹ ਹੈਗਾ ਜੀ ਇਸ ਤਰ੍ਹਾਂ ਕਿ ਪ੍ਰਾਈਜ਼ ਰੋਟੀ ਦਾ ਹੁਣ ਰੋਟੀ ਦਾ ਕੀ ਪ੍ਰਾਈਜ਼ ਹੈ ਉਹ ਤੁਸੀਂ ਕਹੋਗੇ ਰੋਟੀ ਵਾਸਤੇ ਪੈਸੇ ਹੁਣ ਮੈਂ ਤੁਹਾਨੂੰ ਦੱਸਦਾ ਰੋਟੀ ਵਾਸਤੇ ਪੈਸੇ ਇਸ ਤਰ੍ਹਾਂ ਆ ਗਾਈਜ਼ ਕਿ ਇੱਥੇ ਲਾਈਕ ਟਿਫਨ ਲੱਗ ਜਾਂਦੇ ਆ ਠੀਕ ਹੈ ਜੀ ਓਕੇ ਹਾਂਜੀ ਇੱਥੇ ਗਾਈਜ਼ ਕੀ ਹੁੰਦਾ ਕਿ ਟਿਫਨ ਲੱਗ ਜਾਂਦੇ ਆ ਠੀਕ ਹੈ ਜੀ ਟਿਫਨ ਦੇ ਵਿੱਚ ਟਿਫਨ ਦਾ ਹਰ ਟਿਫਨ ਦਾ ਅਲੱਗ ਅਲੱਗ ਪ੍ਰਾਈਜ਼ ਆ ਕਈ ਟਿਫਨ ਜਿਵੇਂ ਹੁਣ ਲਾਈਕ ਵੈਜੀਟੇਰੀਅਨ ਟਿਫਨ ਆ ਉਹ ਆ ਜਾਂਦੇ ਆ $170 ਦੇ ਵਿੱਚ ਠੀਕ ਹੈ ਜਿਵੇਂ ਮੇਰਾ ਟਿਫਨ ਲੱਗਾ ਹੋਇਆ ਮੈਂ ਆਪਣੀ ਚੀਜ਼ ਤੁਹਾਨੂੰ ਦੱਸ ਦਿੰਦਾ ਮੇਰਾ ਟਿਫਨ ਲੱਗਾ ਹੋਇਆ ਮੇਰਾ $170 ਪਰ ਮੰਥ ਪੈਸੇ ਜਾਂਦੇ ਆ ਟਿਫਨ ਵਾਲੇ ਨੂੰ ਉਹਦੇ ਵਿੱਚ ਹੁੰਦੀਆਂ ਜੀ 2 ਸਬਜ਼ੀਆਂ ਠੀਕ ਆ 8 ਰੋਟੀਆਂ ਨਾਲ ਚੌਲ ਦੋਨੋਂ ਰੋਜ਼ ਦੀਆਂ ਨਵੀਂ ਨਵੀਂ ਸਬਜ਼ੀ ਹੋਏਗੀ ਦੋਨੋਂ ਸਬਜ਼ੀਆਂ ਇੱਕ ਹੋਣਗੀਆਂ ਅਲੱਗ ਅਲੱਗ ਨਾਲ ਚੌਲ ਹੋਣਗੇ ਨਾਲ 8 ਰੋਟੀਆਂ ਹੋਣਗੀਆਂ ਇਹ ਹੋ ਗਿਆ ਜੀ 170 ਕੋਈ 180 ਵੀ ਲੈਂਦਾ ਕੋਈ 185 ਵੀ ਲੈਂਦਾ ਇਹ ਡਿਪੈਂਡ ਕਰਦਾ ਹੈ ਕਿ ਲਾਈਕ ਕੌਣ ਕਿਹਦਾ ਕੀ ਪ੍ਰਾਈਜ਼ ਆ ਠੀਕ ਹੈ ਹੁਣ ਆਪਾਂ ਆਉਂਦੇ ਹਾਂ ਨੋਨ ਵੈਜੀਟੇਰੀਅਨਸ 'ਤੇ ਜਿਹੜੇ ਨੋਨ ਵੈਜੀਟੇਰੀਅਨਸ ਆ ਓਬਵੀਅਸਲੀ ਆ ਉਹਨਾਂ ਦਾ ਪ੍ਰਾਈਸ ਥੋੜ੍ਹਾ ਜਿਹਾ ਹਾਈ ਹੋਏਗਾ ਬਟ ਉਹਨਾਂ ਨੂੰ ਬੈਨੀਫਿਟ ਵੀ ਬਹੁਤ ਨੇ ਹੁਣ ਇੱਕ ਮੇਰਾ ਫਰੈਂਡ ਆ ਮੈਨੂੰ ਜਗ੍ਹਾ ਦਾ ਨਾਮ ਨਹੀਂ ਪਤਾ ਉਹਨਾਂ ਨੇ ਉੱਥੋਂ ਹੁਣ ਰੀਸੈਂਟਲੀ ਉਹਨਾਂ ਨੇ ਸ਼ੁਰੂ ਕਰਵਾਇਆ ਜੀ ਉੱਥੋਂ ਉਹਦਾ ਰੈਂਟ ਹੈਗਾ ਜੀ 225 ਪਰ ਮੰਥ
ਔਰ $225 ਪਰ ਮੰਥ, ਪੈਸੇ ਰੁਪੀਸ ਨਹੀਂ, ਠੀਕ ਹੈ ਜੀ। ਅਤੇ ਉਹਨਾਂ ਦਾ ਰੈਂਟ ਇੰਨਾ ਆ, ਅਤੇ ਉਹਦੇ ਵਿੱਚ ਆਉਂਦੀਆਂ ਜੀ 3 ਨੌਨ ਵੈਜ ਸਬਜ਼ੀਆਂ, ਠੀਕ ਹੈ ਜੀ, ਮਤਲਬ 3 ਮੀਟ। ਓ ਮੈਂ, ਅਸੀਂ ਨਹੀਂ ਖਾਂਦੇ, ਮੈਂ ਵੈਜੀਟੇਰੀਅਨ ਹਾਂ ਜੀ ਪ੍ਰੋਪਰ, ਮੈਂ ਨਹੀਂ ਖਾਂਦਾ। ਅਤੇ 3 ਸਬਜ਼ੀਆਂ ਮੀਟ ਦੀਆਂ, ਨਾਲ ਇੱਕ ਦਹੀਂ, ਨਾਲ ਉਹਦੇ ਕੀ ਸੀ ਸੈਲਡ, ਅਤੇ ਨਾਲ ਰੋਟੀਆਂ, ਠੀਕ ਹੈ। ਉਹਦੇ ਵਿੱਚ ਚੌਲ ਨਹੀਂ ਇੰਕਲੂਡ ਹੈਗੇ। ਉਹ ਜਿਹੜੀ ਜਿਹੜੀ ਤੁਸੀਂ ਮਤਲਬ ਜੋ ਜੋ ਕਰਵਾਉਣਾ ਚਾਹੋਗੇ ਉਸ ਹਿਸਾਬ ਨਾਲ ਪੈਸੇ ਬਣਦੇ ਜਾਂਦੇ ਆ। ਉਹਦੇ ਪੈਸੇ ਆਉਂਦੇ ਆ ₹225 per month, ਠੀਕ ਹੈ ਜੀ। ਇਹ ਹੁਣ ਤੁਹਾਡੇ 'ਤੇ ਡਿਪੈਂਡ ਕਰਦਾ, ਕਈ ਤੁਸੀਂ ਨੋਨ ਵੈਜ ਦੇ ਵਿੱਚ ਵੀ 2 ਸਬਜ਼ੀਆਂ ਕਰਾ ਲਓਗੇ, ਤੁਸੀਂ ਦਹੀਂ ਨਹੀਂ ਲਓਗੇ, ਜਾਂ ਦਹੀਂ ਦੇ ਨਾਲ ਚੌਲ ਵੀ ਲਓਗੇ, ਜਾਂ ਚੌਲ ਨਹੀਂ ਲਓਗੇ ਤਾਂ ਰੋਟੀਆਂ ਦੇ ਹਿਸਾਬ ਨਾਲ, ਬਿਕੋਜ਼ ਉਹ ਡਿਪੈਂਡ ਕਰ ਦਿੰਦਾ ਕਿੰਨੇ ਕਿੰਨਾ ਤੁਸੀਂ ਸਪੈਂਡ ਕਰਦੇ ਹੋ। ਸੋ ਇਹ 2 ਚੀਜ਼ਾਂ ਦੇ ਪ੍ਰਾਈਸ ਹੋ ਗਏ। ਹੁਣ ਆਉਂਦਾ 3 ਨੰਬਰ 'ਤੇ ਟਰੈਵਲਿੰਗ। ਟਰੈਵਲਿੰਗ ਤਾਂ ਕੈਨੇਡਾ ਦੇ ਵਿੱਚ ਇੱਕ ਲਾਈਕ ਤੁਸੀਂ ਕਹਿ ਲਓ ਕਿ ਤੁਸੀਂ ਰਹਿ ਹੀ ਨਹੀਂ ਸਕਦੇ ਟਰੈਵਲਿੰਗ ਤੋਂ ਬਿਨਾਂ। ਜਿੱਥੇ ਵੀ ਜਾਣਾ ਤੁਹਾਨੂੰ ਬੱਸਿਸ ਯੂਜ਼ ਕਰਨੀਆਂ ਪੈਣਗੀਆਂ, ਤੁਹਾਨੂੰ ਕਾਰ ਯੂਜ਼ ਕਰਨੀ ਪਏਗੀ। ਇਹ 2 ਚੀਜ਼ਾਂ, ਅਗਰ ਤੁਹਾਡੇ ਕੋਲ ਕਾਰ ਨਹੀਂ ਹੈ, ਤੁਸੀਂ ਨਵੇਂ ਨਵੇਂ ਸਟੂਡੈਂਟ ਹੋ, ਤਾਂ ਬੱਸਿਸ ਦੇ ਉੱਤੇ ਤੁਹਾਨੂੰ ਭੱਜਣਾ ਪੈਣਾ ਹੈ। ਇੱਥੇ ਇੱਦਾਂ ਨਹੀਂ ਹੈ ਲਾਈਕ, ਇੱਥੇ ਲਾਈਫ ਇੰਨੀ ਫਾਸਟ ਹੈ ਨਾ ਗਾਈਜ਼, ਤੁਸੀਂ ਹਰ 5 ਮਿੰਟ ਤੁਹਾਨੂੰ ਬੱਸ ਮਿਲੇਗੀ। ਹੁਣ ਜਿੱਥੇ ਮੈਂ ਰਹਿ ਰਿਹਾ, ਮੇਰੇ ਘਰ ਦੇ ਬਿਲਕੁਲ ਸਾਹਮਣੇ ਸਟੋਪ ਆ, ਮੈਂ ਕਿਤੇ ਵੀ ਜਾਣਾ ਹੁੰਦਾ ਮੈਂ ਸਰਚ ਕਰਦਾ ਯਾਰ 9 ਵਜੇ ਬੱਸ ਆ, ਹਰ 5-10 ਮਿੰਟ, 7 ਮਿੰਟ, 6 ਮਿੰਟ ਦਾ ਬੱਸ ਆ। ਮੈਂ ਉਸੇ ਵੇਲੇ ਦੇਖਦਾ ਮੌਸਮ ਨਾਲ ਤਿਆਰ ਹੋ ਕੇ, ਦਵਾ ਦਾ ਉਸ ਟਾਈਮ 'ਤੇ ਬੱਸ 'ਤੇ ਫੜ ਲੈਂਦਾ। ਜਿਵੇਂ ਸਪੋਜ਼ ਕਰੋ ਮੈਂ ਮਿਸੀ ਸਾਗਾ ਜਾਣਾ ਹੈ, ਤਾਂ ਮੈਨੂੰ 2 ਘੰਟੇ ਲੱਗਦੇ ਆ ਮਿਸੀ ਸਾਗਾ ਜਾਣ ਵਾਸਤੇ, ਮੈਨੂੰ 4 ਬੱਸਾਂ ਚੇਂਜ ਕਰਨੀਆਂ ਪੈਂਦੀਆਂ। ਸੋ ਇਹ ਡਰਨ ਵਾਲੀ ਗੱਲ ਨਹੀਂ ਕਿ ਬਾਈ ਐਡੀ ਦੂਰ 4 ਬੱਸਾਂ ਚੇਂਜ ਕਰਨੀਆਂ ਪੈਣੀਆਂ, ਇੱਥੇ ਪਤਾ ਨਹੀਂ ਚੱਲਦਾ ਯਾਰ 4 ਬੱਸਿਸ ਦਾ, ਠੀਕ ਆ। ਸਭ ਤੋਂ ਵੱਡੀ ਗੱਲ ਇਹ ਆ। ਹੁਣ ਉਸ ਤੋਂ ਬਾਅਦ ਆਪਾਂ ਆਉਂਦੇ ਹਾਂ ਗਾਈਜ਼ ਟਰੈਵਲਿੰਗ 'ਤੇ। ਟਰੈਵਲਿੰਗ ਦੇ ਉੱਤੇ ਜਿਹੜਾ ਖਰਚਾ ਹੈ ਮੈਂ ਤੁਹਾਨੂੰ ਦੱਸ ਦਿੰਦਾ। ਜਿਹੜਾ ਪ੍ਰੈਸਟੋ ਕਾਰਡ ਹੁੰਦਾ ਇੱਕ, ਜਿਹੜਾ ਇੱਥੇ ਸਟੂਡੈਂਟਸ ਬਣਵਾਉਂਦੇ ਆ, ਉਹ ਸਟੂਡੈਂਟਸ ਨੂੰ ਲਾਈਕ $125 ਪਰ ਮੰਥ ਪੈਂਦਾ। ਉਹਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਯੂਜ਼ ਕਰੋ। ਅਗਰ ਤੁਸੀਂ 4 ਬੱਸਿਸ ਦਾ ਯੂਜ਼ ਕਰ ਰਹੇ ਹੋ, ਤਾਂ ਉਹਦਾ 4 ਦਾ ਮਤਲਬ ਲਾਈਕ 1 ਘੰਟੇ ਦਾ ਟਾਈਮ ਪੀਰੀਅਡ ਹੁੰਦਾ। 1 ਘੰਟੇ ਦੇ ਵਿੱਚ ਪੈਸੇ ਭਾਵੇਂ 4 ਚੇਂਜ ਕਰ ਲਓ, ਉਹਦੇ ਕੱਟੇ ਨਹੀਂ ਜਾਣਗੇ, 1 ਘੰਟੇ ਦੇ ਬਾਅਦ ਤੁਹਾਡੇ ਪੈਸੇ ਕੱਟੇ ਜਾਣਗੇ। ਸੋ ਜਿਵੇਂ ਤੁਸੀਂ ਜੇ 2 ਘੰਟੇ ਦੀ ਰਾਈਡ ਆ, 1 ਘੰਟੇ 'ਚ 2 ਬੱਸਾਂ, 1 ਘੰਟੇ 'ਚ 2 ਬੱਸਾਂ ਯੂਜ਼ ਕਰ ਰਹੇ ਹੋ, ਤਾਂ ਤੁਹਾਡੇ ਲਾਈਕ $8 ਗਏ। ਸੋ $7 ਗਏ, ਅਤੇ ਉੱਦਾਂ ਤੁਸੀਂ ਜਿੰਨੇ ਮਰਜ਼ੀ ਯੂਜ਼ ਕਰੋ। ਸੋ ਉਹਦੇ ਵਿੱਚ ਭਾਵੇਂ 20 ਵਾਰੀ ਬੱਸ ਚੇਂਜ ਕਰੋ, ਦਿਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ। ਇਹ ਸਟੂਡੈਂਟ ਕਾਰਡ ਬ੍ਰੈਂਟਨ ਦਾ ਪ੍ਰਾਈਜ਼ ਹੈ, ਠੀਕ ਹੈ ਜੀ। ਹੁਣ ਟਰੈਵਲਿੰਗ ਜਿਹੜੇ ਕਾਰ ਦੇ ਖਰਚੇ ਆ, ਹੁਣ ਇਹ ਹੁਣ ਹਰ ਕਿਸੇ ਦਾ ਆਪਣਾ ਆਪਣਾ ਖਰਚਾ ਆ। ਹੁਣ ਮੇਰੇ ਘਰ ਦੇ ਵਿੱਚ 4 ਜਣਿਆਂ ਕੋਲ ਕਾਰ ਹੈ, ਠੀਕ ਆ, ਪਾਹੁਲ ਕੋਆ, ਵਿਸ਼ਾਲ ਕੋਆ, ਆਮਿਰ ਕੋਆ, ਗੁਰਚੇਤਨ ਕੋਆ, 4 ਕੋ ਕਾਰ ਆ। 4 ਦੇ ਐਕਸਪੈਂਸ ਜਿਹੜਾ ਅਲੱਗ ਅਲੱਗ ਹੈ, ਡਿਪੈਂਡ ਕਰਦਾ ਕਾਰ 'ਤੇ। ਕਿਸੇ ਨੇ ਕਾਰ ਬਹੁਤ ਵੱਡੀ ਲਿੱਤੀ ਆ, ਕਿਸੇ ਨੇ ਕਾਰ ਬਹੁਤ ਛੋਟੀ ਲਿੱਤੀ ਆ, ਕਿਸੇ ਨੇ ਮੀਡੀਅਮ ਲਿੱਤੀ ਆ। ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਕਾਰ ਲੈ ਰਹੇ ਹੋ, ਕਿੰਨਾ ਖਰਚਾ ਹੈ, ਕਿੰਨਾ ਪੈਟਰੋਲ ਪਵਾ ਰਹੇ ਹੋ, ਕਿੰਨਾ ਉਹਦੇ 'ਤੇ ਸਪੈਂਡ ਕਰ ਰਹੇ ਹੋ, ਕਿੰਨੀ ਇੰਸ਼ੋਰੈਂਸ ਆ। ਸਭ ਤੋਂ ਵੱਡੀ ਗੱਲ ਇੰਸ਼ੋਰੈਂਸ, ਬ੍ਰੈਂਪਟਨ ਦੇ ਵਿੱਚ ਇੰਸ਼ੋਰੈਂਸ ਯਾਰ ਸੱਚੀ ਬਹੁਤ ਜ਼ਿਆਦਾ ਇੰਸ਼ੋਰੈਂਸ ਆ। ਸੋ ਇਹ ਚੀਜ਼ ਨੂੰ ਲਾਈਕ, ਜੇ ਕਾਰ ਲੈ ਰਹੇ ਹੋ ਤਾਂ ਬ੍ਰੈਂਪਟਨ ਦੇ ਵਿੱਚ ਬਹੁਤ ਇੰਸ਼ੋਰੈਂਸ। ਮੈਂ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ, ਮੋਂਟਰੀਅਲ ਦੇ ਵਿੱਚ ਜਿਹੜੀ ਇੰਸ਼ੋਰੈਂਸ 180-170 ਜਾਂ ਇਕੱਲੀ 80-70 ਹੋਏਗੀ, ਉਹ ਬ੍ਰੈਂਪਟਨ ਦੇ ਵਿੱਚ 300-400 ਤੋਂ ਅਬਵ ਹੋਏਗੀ। ਇਹ ਪੱਕੀ ਗੱਲ ਹੈ ਗਾਈਜ਼, ਇਹ ਕੋਈ ਝੂਠ ਨਹੀਂ ਹੈ। ਤੁਸੀਂ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ, ਜਿਹੜਾ ਤੁਹਾਡਾ ਬ੍ਰੈਂਪਟਨ ਜਾਂ ਮੋਂਟਰੀਅਲ ਰਹਿੰਦਾ, ਉਹਨੂੰ ਪੁੱਛ ਕੇ ਦੇਖ ਲਓ। ਮੋਂਟਰੀਅਲ ਵਾਲਿਆਂ ਨੂੰ ਇਹ ਫਾਇਦਾ ਹੈ ਕਿ ਉੱਥੇ ਜਿਹੜੀ ਐਕਸਪੈਂਸ ਬਹੁਤ ਘੱਟ ਆ। ਉਹ ਵੀ ਮੈਂ ਵੀਡੀਓ ਲੈ ਕੇ ਆਊਂਗਾ ਦੋਨਾਂ ਦਾ ਕੰਪੈਰੀਜ਼ਨ, ਕਿ ਦੋਨਾਂ ਦੇ ਕੰਪੈਰੀਜ਼ਨ ਦੇ ਵਿੱਚ ਕੀ ਪ੍ਰਾਈਜ਼ ਆ। ਅੱਜ ਸਿਰਫ ਬ੍ਰੈਂਪਟਨ ਬਾਰੇ ਦੱਸੂੰਗਾ, ਅਤੇ ਬ੍ਰੈਂਪਟਨ ਬਾਰੇ ਤੁਹਾਨੂੰ ਇਕੱਲੀ ਇਕੱਲੀ ਨੌਲੇਜ। ਟਰੈਵਲਿੰਗ ਦੇ ਵਿੱਚ ਹੁਣ ਗੱਡੀ ਦਾ ਤੁਹਾਨੂੰ ਮੈਂ ਦੱਸਤਾ, ਜੇਕੋ ਗੱਡੀ ਆ ਉਹਦਾ ਖਰਚਾ ਓਬਵੀਅਸਲੀ ਜ਼ਿਆਦਾ ਆ। ਜਿਵੇਂ ਤੁਸੀਂ ਸਪੋਜ਼ ਕਰੋ ਜੇਕੋ ਗੱਡੀ ਆ ਉਹਦਾ ਲਾਈਕ 700-800 ਨੀਅਰ ਅਬਾਊਟ ਪਰ ਮੰਥ ਦਾ ਖਰਚਾ ਇਕੱਲਾ ਗੱਡੀ ਦਾ ਹੀ ਆ। ਬਿਕੋਜ਼ ਉਹਨੇ ਜੇ 400 ਵੀ ਇੰਸ਼ੋਰੈਂਸ ਭਰ ਰਿਹਾ, ਤਾਂ 400 ਦੀ ਗੱਡੀ ਦੇ ਪੈਸੇ ਵੀ ਜਾ ਰਹੇ ਆ, ਮਤਲਬ ਲਾਈਕ ਉਹ ਜਾ ਰਿਹਾ ਜਿਹਨੂੰ ਕਿਸ਼ਤ ਆਪਾਂ ਕਹਿ ਦਿੰਦੇ ਹਾਂ, ਉਹ ਵੀ ਜਾ ਰਹੀ ਹੈ, ਜਾਂ 300 ਜਾ ਰਹੀ ਆ, ਅਤੇ ਤੁਸੀਂ ਆਪੇ ਹਿਸਾਬ ਲਾ ਲਓ ਗਾ। ਉਹ ਲਾਗੇ ਜਾ ਕੇ ਚੱਲ ਜਾਂਦਾ 700-800 ਦੇ, ਠੀਕ ਹੈ ਜੀ। ਉਹ 700-800 ਦੇ ਲਾਗੇ ਜਾ ਕੇ ਚੱਲ ਗਿਆ, 800 ਇਹ ਹੋ ਗਿਆ, ਤਾਂ 350 ਉਹ ਹੋ ਗਏ, ਕਿੰਨੇ ਹੋ ਗਏ, 1150 ਹੋ ਗਏ। ਅਤੇ ਉਸ ਤੋਂ ਬਾਅਦ ਤੁਸੀਂ ਗਾਹਾਂ ਇੱਕ ਰੋਟੀ ਦਾ ਪ੍ਰਾਈਜ਼ ਆ ਗਿਆ। ਅਗਰ ਤੁਸੀਂ ਲਵਾਉਂਦੇ ਹੋ, ਨਹੀਂ ਲਵਾਉਂਦੇ ਹੋ ਤੁਹਾਡੀ ਚੋਇਸ ਆ, ਮੈਂ ਇੰਕਲੂਡ ਨਹੀਂ ਕਰ ਰਿਹਾ। ਉਹ ਤੋਂ ਇਲਾਵਾ ਮੈਂ ਕੋਈ ਹੋਰ ਖਰਚਾ ਦੱਸ ਦਿੰਦਾ ਜਿਹੜਾ ਆਟੋਮੈਟਿਕਲੀ ਉਹਦੇ ਵਿੱਚ ਇੰਕਲੂਡ ਹੋ ਜਾਣਾ ਜੇਕਰ ਤੁਸੀਂ ਰੋਟੀ 'ਚ ਇੰਕਲੂਡ ਨਹੀਂ ਕਰੋਗੇ, ਠੀਕ ਹੈ ਜੀ। ਹੁਣ ਆ ਜਾਓ ਗਰੋਸਰੀ 'ਤੇ। ਜਿਹੜੀ ਗਰੋਸਰੀ ਆ, ਗਰੋਸਰੀ 'ਤੇ ਲਾਈਕ ਸਭ ਤੋਂ ਜ਼ਰੂਰੀ ਚੀਜ਼ ਹੈ ਗਾਈਸ, ਬ੍ਰੈਂਪਟਨ ਦੇ ਵਿੱਚ ਗਰੋਸਰੀ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਮੈਂ ਲਾਈਕ ਮੈਂ ਹਰ ਹਫ਼ਤੇ ਜਾਂਦਾ ਵਾਲਮਾਰਟ ਦੇ ਵਿੱਚ, ਅਤੇ ਮੈਂ ਕੁਛ ਨਾ ਕੁਛ ਲੈ ਕੇ ਆਉਂਦਾ, ਫਰੈਸਕੋ ਦੇ ਵਿੱਚ ਜਾਂਦਾ, ਕੁਛ ਨਾ ਕੁਛ ਲੈ ਕੇ ਆਉਂਦਾ, ਬਿਨਾਂ ਲਿਤੇ ਮਤਲਬ ਸਮਾਨ ਲਿਤੇ ਰਿਹਾ ਹੀ ਨਹੀਂ ਜਾਂਦਾ, ਜੋ ਮਰਜ਼ੀ ਕਰ ਲਓ, ਠੀਕ ਹੈ ਜੀ। ਅਤੇ ਗਰੋਸਰੀ ਦਾ ਖਰਚਾ ਵੀ ਡਿਪੈਂਡ ਕਰਦਾ, ਬਿਕੋਜ਼ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਗਰੋਸਰੀ ਦੀ ਕਾਊਂਟਿੰਗ ਕਿੰਨੀ, ਕਦੀ ਮੈਂ ਆਪ ਹੀ ਨਹੀਂ ਕਰ ਪਾਇਆ ਗਰੋਸਰੀ ਦੀ ਕਾਊਂਟਿੰਗ, ਤੁਸੀਂ ਕਿੱਥੋਂ ਕਰ ਪਾਓਗੇ। ਬਿਕੋਜ਼ ਹਰ ਵਾਰੀ ਆਪਾਂ ਸਮਾਨ ਲੈਣ ਜਾਂਦੇ ਹਾਂ ਤਾਂ ਕੁਛ ਨਾ ਕੁਛ ਚੁੱਕੀ ਲਿਆਉਂਦੇ ਹਾਂ। ਸੋ ਇਹ ਜਿਹੜੇ ਰੋਟੀ ਘਰੇ ਨਹੀਂ ਬਣਾਉਂਦੇ, ਲਾਈਕ ਬਾਹਰੋਂ ਨਹੀਂ ਲਵਾਉਂਦੇ, ਉਹ ਘਰੇ ਬਣਾਉਂਦੇ ਆ, ਉਹਨਾਂ ਦਾ ਐਕਸਪੈਂਸ ਆਟੋਮੈਟਿਕਲੀ ਗਾਈਜ਼ ਉੱਪਰ ਜਾਏਗਾ। ਉਹ ਸਮਾਨ ਲੈ ਕੇ ਆਉਣਗੇ ਤਾਂ 2 ਹਫ਼ਤੇ ਦਾ ਸਮਾਨ ਕਹਿ ਲਓ ਤੁਸੀਂ,
स्टूडेंट लाइक आंदे ही पैसे खर्च कर देंगे कि भाई फोन लेना है। मेरा भी सी मैं सारे स्टूडेंट्स गलत नहीं कह रहा, प्लीज गलत ना लेके आयो इस चीज, मैं भी फोन लेना सी बट मैं फोन नहीं लिता, मैं थोड़ी वेट कर रहा। मैनू सी लाइक फोन लेना है, एक बार मैं खर्चा इन्ना कर देंगे कि बाद मेरे सिर पर पै जाए भाई, मैं आ भी पे करना है। इतना चंगा मैं रुक के थोड़ा फोन ले लिया। कई आंदे फोन ले लेंगे उन्होंने सिर, फिर यार पैसे तो बढ़ रही हैं। हूँ जो फोन की किश्त भी तुम्हें दस दिना है कि फोन जो तुम ला रहे हो मैं पूछ के आया सी 11 Pro Max 256 GB वह सी मैं पैंता लाइक 180 मेरा इंटरनेट पैक पा के मेरा सब कुछ पा के मैं $180 पर मंथ देने पैने से। ठीक है हूँ $180 गाइज इधरों से बढ़ गए। ठीक है जे तुम कल सिम लेंदे हो 180 मैं फोन दे पै गए वो इनकलूड भावें सिम सी बट जी सिम है कल सिम का प्राइस डिपेंड करता $50 तो शुरू हो जाता प्लैन 40-50 तो प्लैन शुरू हो जाता। सब तो वधिया सिम है मेरे हिसाब से रोजर्स मैं जी यूज कर रहा बिकॉज वह इंटरनेट बहुत फास्ट है, वो टावर हर जगह अवेलेबल आ, कोई ओक नहीं आती। सो रोजर्स लो फैडो नो लाइक मेरे हिसाब से रोजर्स बेस्ट है। सो वे होर तुम मैं दसदा है कि वो की घपले आ फोन के, मैं तुम दसदा हूँ तुम जो जाओगे ना सिम लैन तो उन्होंने जरूर कहना जी फोन लो। फोन लैन के टाइम पर की होंगे आप फोन लैन जाने तो सू कहते आ वाला फोन ले लो तो इन्ने का पै जाएगा, पता यार $100 पर मंथ बस आप कि कमाई जाने यार ये अपने एक दिन की कमाई है। बिकॉज अगर तुम 8 घंटे काम करते हो तो 12 के हिसाब से भी तुम पे रेट मिलता है तो एक दिन का ही खर्चा हो गया, एक या दो दिन का मिनीम खर्चा होगा। तुम कहना यार बाकी महीने मैं पूरा पैसे कमाने ही हाँ मैं कर ही सकता बट मैं ये जरूर दस दिया कि गाइज टोटल खर्चा जो करना होगे तो नहीं इनकलूड हों, बहुत औखा हों काम में। इस करके मैं हाले फोन नहीं लै रहा, मैं लूँगा जल्दी लूँगा, जो लूँगा वीडियो जरूर बनाऊँगा। मे बी नैक्सट मंथ फोन ले ला सो फिर वो वीडियो आएगी। सो ये मतलब लाइक एक्सपेंसिज आ जे आप घर खर्चा करते हैं इतने ब्रैम्पटन 2020 के लाइक ये खर्चे है कोई ये खर्चे तो कोई भी बंदा लाइक ये नहीं कह सकता कि गाइज ये खर्चा नहीं है इस तो बिना रहा जाता है इतने। बिकॉज ये खर्चे है जो यूज करने ही करने हैं, इस तो अलावा भी कई खर्चे आ तुम कपड़े लैन दे अपना कुछ होर समान लैन का घर का समान लैन का कुछ, सो ये चीज़ा है जड़िया यूज होंदिया ही होंगे सो यू पिछे नहीं पा सकते इस चीज़ तो। इस तो अलावा गाइज ए मैनू जो लग्या मैनू यही चीज़ा लगियां कि ये एक्सपेंसिव आ, टोटल एक्सपेंस हो गया नीयर अबाउट तुम कह लो 1500 एक्सपेंस पर मंथ बहुत ज़्यादा होंगे। इनू मल्टीप्लाई कर लो 55 इंडिया के हिसाब से घर के वेखे वीडियो तो घर पर कहना हाई हो इन्ना पैसा खर्ची जाते हो बट गाइज इतने फर्क नहीं पैंता बिकॉज असं कमाने भी उस हिसाब न जिस हिसाब न असं खर्चते हैं। जो आप इतने कमा रहे हैं 2000 या 2000 असं कमा रहे हैं सो सू फर्क नहीं पैना 1500-1600 खर्चे से, कहना यार बाकी 500 सेविंग जा रहे हैं कोई प्रॉब्लम नहीं है। सो डरो ना, ये ना समझो कि यार इन्नी एक्सपेंस है तो आप कैनेडा नहीं जाना, मैं ये चीज़ नहीं कह रहा कैनेडा वो इतने अर्निंग भी बहुत वधिया आ, किन्नी अर्निंग है लाइक ये थोड़ा रिस्ट्रिक्शन है दसन की यूट्यूब के उत्ते, नहीं तो मैं कली कली चीज़ तुम दस दिता कि किन्नी किन्नी कौन कौन अर्न करता बिकॉज मुझे सब पता है मैं सब कुछ दस सकता है बट रिस्ट्रिक्शन है मेरी वीडियो लिए घाटा होगा। सो गाइज ये अज का एक्सपेंस कि कैनेडा के 2020 के एक्सपेंस ने घर के रेंट ट्रैवलिंग ग्रोसरी गड्डी फोन सारा कुछ इंक्लूड हो गया। बाकी अगर वीडियो तुम्हें वधिया लगी लाइक शेयर कमेंट कर देना, तो इंस्टाग्राम से मैनू जाके फॉलो कर लो महक अंबरसरिया मैं हैंडल दे रहा, मैंने मैसेज करो अगर तुम्हें कोई भी प्रॉब्लम है कुछ भी पूछना चाहते हो मैंने मैसेज करो मैं तुम्हें रिप्लाई जरूर करूँगा। बाकी सो जो वीडियो वधिया लगी तो सब कुछ तुम कर देना है, तो जो करना करो अपने घरद्या तंग ना करो। बाय बाय गाइज़।